ਵਿਦੇਸ਼ ਵਿੱਚ ਵਸਦੀ ਸਮੂਹ ਸਿੱਖ ਸੰਗਤ ਨੂੰ ਦਾਸ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਆਪ ਸਾਰਿਆਂ ਨੂੰ ਪਤਾ ਹੈ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਗਾੜੀ ਕਾਂਡ ਦਾ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ, ਜੋ ਨਾਭਾ ਜੇਲ੍ਹ ਦੇ ਵਿੱਚ ਬੰਦ ਸੀ, ਉਹਨੂੰ ਦੋ ਸਿੰਘਾਂ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਹਿੰਦਰ ਸਿੰਘ ਨੇ ਜਿਸ ਤਰੀਕੇ ਨਾਲ ਸੋਧਾ ਲਾਇਆ ਉਹ ਤੁਹਾਡੇ ਸਾਰਿਆਂ ਤੱਕ ਹੀ ਖਬਰ ਪਹੁੰਚ ਗਈ ਹੈ। ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਕਿ ਇੱਕ ਪਖੰਡੀ ਡੇਰੇਦਾਰ ਗੁਰਮੀਤ ਰਾਮ ਰਹੀਮ ਦੇ ਪਿੱਛੇ ਲੱਗ ਕੇ ਮਹਿੰਦਰਪਾਲ ਬਿੱਟੂ ਨੇ ਜਿਸ ਤਰ੍ਹਾਂ ਘਟੀਆ ਕਾਰਵਾਈ ਨੂੰ ਅੰਜਾਮ ਦਿੱਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ, ਮੈਂ ਸਮਝਦਾ ਕਿ ਉਹਨੇ ਆਪਣਾ ਮਨੁੱਖਾ ਜੀਵਨ ਬਰਬਾਦ ਕਰ ਲਿਆ ਅਤੇ ਆਪਣੀਆਂ ਕੁਲਾਂ ਕਲੰਕਿਤ ਕਰ ਲਈਆਂ। ਮਨੁੱਖਾ ਜਨਮ ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਸਾਰੇ ਧਰਮ ਗ੍ਰੰਥ ਅਮੁੱਲਾ ਦੱਸਦੇ ਆ, ਬੇਕੀਮਤਾ ਦੱਸਦੇ ਆ। ਮਾਨਸ ਜਨਮ ਅਮੋਲਕ ਹੈ ਭਾਰੀ, ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੇ ਬਾ। ਥਾਂ ਥਾਂ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਚਨ ਹੈ, ਮਨੁੱਖਾ ਜਨਮ ਵਾਰ ਵਾਰ ਨਹੀਂ ਮਿਲਦਾ। ਇਸ ਮਨੁੱਖਾ ਜਨਮ ਦੀਆਂ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਇਸ ਮਨੁੱਖਾ ਜਨਮ ਨੂੰ ਸਫਲਿਆਂ ਕਰਨਾ, ਧਰਮ ਦੀ ਕਿਰਤ ਕਰਦੇ, ਨਾਮ ਜਪਦੇ, ਵੰਡ ਛਕਦੇ। ਪਰ ਜਿਸ ਤਰ੍ਹਾਂ ਮਹਿੰਦਰਪਾਲ ਬਿੱਟੂ ਵਰਗੇ ਪਖੰਡੀ ਲੋਕਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਆ, ਮੈਨੂੰ ਇਸ ਗੱਲ ਦਾ ਬੜਾ ਭਾਰੀ ਅਫਸੋਸ ਆ। ਸਿਆਣਿਆਂ ਦਾ ਇਹ ਵੀ ਕਹਿਣਾ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਮਨਾਈਏ, ਸੱਜਣਾ ਵੀ ਮਰ ਜਾਣਾ। ਪਰ ਮੈਨੂੰ ਅਫਸੋਸ ਇਸ ਗੱਲ ਦਾ ਕਿ ਮਹਿੰਦਰਪਾਲ ਬਿੱਟੂ ਵਰਗਾ ਇੱਕ ਮਨੁੱਖ ਜਿਹੜਾ ਸਰਸੇ ਵਾਲੇ ਦੇ ਪਿੱਛੇ ਲੱਗ ਕੇ ਤੇ ਸ਼ੈਤਾਨ ਬਣਿਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਵਾਏ, ਫਿਰ ਉਹਨਾਂ ਦੀ ਬੇਅਦਬੀ ਕਰਵਾਈ, ਦੰਗੇ ਫਸਾਦ ਭੜਕਾਉਣੇ, ਅਮਨ ਸ਼ਾਂਤੀ ਨੂੰ ਲਾਂਬੂ ਲਾਉਣਾ, ਭਾਈਚਾਰਿਆਂ 'ਚ ਦਰਾਰ ਪੈਦਾ ਕਰਨੀ, ਇਹੋ ਜਿਹੇ ਘਟੀਆ ਕੰਮਾਂ ਨੂੰ ਅੰਜਾਮ ਮਹਿੰਦਰਪਾਲ ਬਿੱਟੂ ਵਰਗੇ ਦਿੰਦੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਔਰ ਇਹੀ ਮਹਿੰਦਰਪਾਲ ਬਿੱਟੂ ਜਿਸ ਨੂੰ SIT ਨੇ ਦੋਸ਼ੀ ਕਿਹਾ, ਜਿਸ ਨੂੰ ਜਾਂਚ ਕਮਿਸ਼ਨ ਨੇ, ਜੋ ਪੰਜਾਬ ਸਰਕਾਰ ਦਾ ਬਣਾਇਆ ਕਮਿਸ਼ਨ, ਉਹਦੀ ਰਿਪੋਰਟ ਵਿੱਚ ਦੋਸ਼ੀ ਦੱਸਿਆ ਗਿਆ। ਔਰ ਇਹ ਉਹੀ ਦੋਸ਼ੀ ਆ ਜਦੋਂ ਬਰਗਾੜੀ ਦਾ ਮੋਰਚਾ ਲੱਗਾ ਅਤੇ ਮੋਰਚਾ ਲੱਗਣ ਤੋਂ ਬਾਅਦ 6 ਜੂਨ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ ਅਤੇ 9 ਜੂਨ ਨੂੰ ਇਹਦੀ ਗ੍ਰਿਫਤਾਰੀ ਹੋ ਗਈ ਸੀ। ਇਹ ਉਹੀ ਮਹਿੰਦਰਪਾਲ ਬਿੱਟੂ ਹੈ ਜਿਹਨੇ ਮੈਨੂੰ ਮਾਰਨ ਦੀਆਂ ਵੀ ਸਾਜ਼ਿਸ਼ਾਂ ਬਣਾਈਆਂ, ਜੋ SIT ਦੀ ਰਿਪੋਰਟ ਹੈ ਅਤੇ ਜਾਂਚ ਕਮਿਸ਼ਨ ਦੀ ਰਿਪੋਰਟ ਸਬਮਿਟ ਹੋਈ ਪੰਜਾਬ ਸਰਕਾਰ ਕੋਲ। ਇਹੀ ਮਹਿੰਦਰਪਾਲ ਬਿੱਟੂ ਜਿਹਨੇ ਮੇਰੇ ਕਤਲ ਦੀ ਸਾਜ਼ਿਸ਼ ਵੀ ਰਚੀ ਸੀ, ਪਰ ਇਹ ਸਫਲ ਨਹੀਂ ਹੋ ਸਕਿਆ। ਇਹ ਉਹੀ ਮਹਿੰਦਰਪਾਲ ਬਿੱਟੂ ਹੈ ਜਿਹਨੂੰ ਸੁਖਬੀਰ ਬਾਦਲ ਨੇ ਸੁਰੱਖਿਆ ਮੁਹੱਈਆ ਕਰਵਾਈ ਸੀ, ਪੁਲਿਸ ਗੱਡੀਆਂ ਵੀ ਮੁਹੱਈਆ ਕਰਵਾਈਆਂ ਸੀ, ਜੋ ਅਸੀਂ ਪੜ੍ਹਿਆ, ਜੋ ਸਾਹਮਣੇ ਆਇਆ। ਕੋਟਕਪੂਰੇ ਫਰੀਦਕੋਟ ਵਿੱਚ MLA ਦੀ, ਮੰਤਰੀ ਦੀ ਉਨੀ ਨਹੀਂ ਸੀ ਸਰਕਾਰੀ ਦਰਬਾਰੇ ਚੱਲਦੀ, ਜਿੰਨੀ ਸੁਖਬੀਰ ਬਾਦਲ ਦੀ ਛਤਰ ਛਾਇਆ ਕਰਕੇ ਮਹਿੰਦਰਪਾਲ ਬਿੱਟੂ ਦੀ ਚੱਲਦੀ ਸੀ। ਪਰ ਅੱਜ ਅੰਜਾਮ ਕੀ ਹੋਇਆ, ਜੇਲ੍ਹ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਦਾ ਮਰਡਰ ਹੋਇਆ। ਮੈਂ ਵੀ ਕਹਿ ਦੇਣਾ ਚਾਹੁੰਦਾ ਕਿ ਜਦੋਂ ਦੋਸ਼ੀਆਂ ਨੂੰ ਬਚਾਇਆ ਜਾਂਦਾ, ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਜਿਹੜੇ ਸਮਾਜ ਦੇ ਦੋਸ਼ੀ ਆ, ਧਰਮਾਂ ਦੇ, ਧਰਮ ਗ੍ਰੰਥਾਂ ਦੇ ਦੋਸ਼ੀ ਆ, ਤਾਂ ਫਿਰ ਖਾਲਸਾ ਖਾਲਸਾਈ ਸਿਧਾਂਤਾਂ ਅਨੁਸਾਰ ਉਹਨਾਂ ਨੂੰ ਸਜ਼ਾ ਦਿੰਦਾ।
ਮੱਸੇ ਰੰਗੜ ਨੂੰ ਸੋਧਾ ਲਾਇਆ, ਵੈਦਿਆਂ ਨੂੰ ਲਾਇਆ, ਇੰਦਰਾ ਨੂੰ ਲਾਇਆ, ਬੇਅੰਤੀ ਨੂੰ ਲਾਇਆ, ਸਾਰਾ ਕੁਛ ਇਤਿਹਾਸ ਆਪਣੇ ਸਾਹਮਣੇ। ਇਹਦੇ ਤੋਂ ਕੋਈ ਮੁੱਖ ਨਹੀਂ ਮੋੜ ਸਕਦਾ, ਇਹਨੂੰ ਝੁਠਲਾ ਨਹੀਂ ਸਕਦਾ। ਮੈਂ ਸਰਕਾਰਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਦੋਸ਼ੀ ਨੇ ਗੁਰੂ ਗ੍ਰੰਥ ਪੰਥ ਦੇ, ਜ਼ਰੂਰੀ ਨਹੀਂ ਉਹਨਾਂ ਨੂੰ ਮਾਰਨ ਵਾਸਤੇ 47 ਸਟੇਨ ਗੰਨਾਂ, ਤੋਪਾਂ, ਟੈਂਕਾਂ, ਬੰਬਾਂ ਦੀ ਲੋੜ ਪਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਿੰਦੁਸਤਾਨ ਦਾ ਸਭ ਤੋਂ ਤਵਸਵੀ ਬਾਦਸ਼ਾਹ ਔਰੰਗਜ਼ੇਬ ਆਪਣੀ ਕਲਮ ਦੇ ਨਾਲ ਹੀ ਪਾਰ ਬੁਲਾ ਦਿੱਤਾ ਸੀ, ਜੋ ਜ਼ਫਰਨਾਮਾ ਸਾਹਿਬ ਲਿਖਿਆ। ਔਰੰਗਜ਼ੇਬ ਦਾ ਭੋਗ ਪੈ ਗਿਆ, ਖਾਲਸੇ ਨੇ ਕਲਮਾਂ ਦੇ ਨਾਲ, ਸ਼ਸਤਰਾਂ ਤੋਂ ਬਿਨਾਂ ਕਲਮਾਂ ਦੇ ਨਾਲ ਵੀ ਦੋਸ਼ੀਆਂ ਦਾ ਅੰਤ ਕੀਤਾ। ਅਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਲੋੜ ਪੈਣ 'ਤੇ ਖਾਲਸੇ ਸਰੀਏ ਨੂੰ ਵੀ ਹਥਿਆਰ ਬਣਾ ਲੈਂਦੇ ਆ, ਜਿਵੇਂ ਨਾਭਾ ਜੇਲ੍ਹ ਦੇ ਵਿੱਚ ਸਰੀਆ ਹੀ ਹਥਿਆਰ ਬਣਿਆ ਅਤੇ ਮਹਿੰਦਰਪਾਲ ਬਿੱਟੂ ਦਾ ਅੰਤ ਹੋ ਗਿਆ। ਮੈਨੂੰ ਅਫਸੋਸ ਆ, ਉਹਨੇ ਆਪਣਾ ਮਨੁੱਖਾ ਜਨਮ ਗਵਾਇਆ ਪਖੰਡੀ ਪਿੱਛੇ ਲੱਗ ਕੇ। ਮੈਂ ਹੋਰਾਂ ਨੂੰ ਬੇਨਤੀ ਕਰੂੰ ਇਹੋ ਜਿਹੇ ਪਖੰਡ ਨੂੰ ਛੱਡ ਕੇ ਉਹ ਆਪਣੇ ਮੂਲ ਧਰਮਾਂ 'ਚ ਵਾਪਸੀ ਕਰੋ। ਪਰ ਮੈਨੂੰ ਇਸ ਗੱਲ ਦਾ ਜੇਕਰ ਅੱਜ ਕਹਿਣਾ ਹੋਵੇ, ਜੋ ਮਹਿੰਦਰਪਾਲ ਬਿੱਟੂ ਦਾ ਅੰਤ ਹੋਇਆ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਦੰਗੇ ਭੜਕਾਏ, ਅਮਨ ਸ਼ਾਂਤੀ ਨੂੰ ਲਾਂਬੂ ਲਾਇਆ, ਗੁਰਬਾਣੀ ਦੇ ਬਚਨ ਕਹੋ ਨਾਨਕ ਪਾਪੀ ਨਰਕ ਸੁਧਾਰਿਆ। ਮੈਂ ਤਾਂ ਇਹੀ ਕਹਿ ਸਕਦਾ ਕਿ ਉਹ ਨਰਕ ਸੁਧਾਰ ਗਿਆ, ਖਾਲਸੇ ਨੇ ਸੋਧਾ ਲਾ ਦਿੱਤਾ ਖਾਲਸੇ ਹੀ ਸਿਧਾਂਤਾਂ ਅਨੁਸਾਰ। ਪਰ ਮੈਨੂੰ ਹੈਰਾਨੀ ਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕਿੱਡੀ ਜਲਦੀ ਦੇ ਨਾਲ ਫੈਸਲੇ, ਸੁਪਰਡੈਂਟ ਸਸਪੈਂਡ, ਚੱਕਰ ਹੌਲਦਾਰ ਸਸਪੈਂਡ, ਕੀ ਹੋਊਗਾ ਇੱਦਾਂ ਸਸਪੈਂਡ ਕਰਨ ਦੇ ਨਾਲ। ਮੈਨੂੰ ਹੈਰਾਨੀ ਹੋਈ ਕੈਪਟਨ ਅਮਰਿੰਦਰ ਸਿੰਘ ਝੱਟ ਹੀ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਉਹਨਾਂ ਸਰਸੇ ਵਾਲਿਆਂ ਕਰਕੇ। ਕੀ ਨੇ ਸਰਸੇ ਵਾਲੇ, ਜਾਣ ਕੇ ਉਹਨਾਂ ਨੂੰ ਤੂੜ ਦਿੱਤੀ ਜਾਂਦੀ ਆ। ਫਤਿਹਵੀਰ ਇੱਕ ਬੱਚਾ ਪੰਜਾਬ ਦਾ ਬੋਰ 'ਚ ਡਿੱਗ ਪਿਆ ਅਤੇ ਕੈਪਟਨ ਅਮਰਿੰਦਰ ਸਿੰਘ 4-5 ਦਿਨ ਉਹਨਾਂ ਨੂੰ ਜਾਗ ਨਹੀਂ ਆਈ, ਚੌਥੇ ਪੰਜਵੇਂ ਦਿਨ ਜਾ ਕੇ ਉਹਨਾਂ ਦੀ ਸਟੇਟਮੈਂਟ ਆਉਂਦੀ ਹੈ। ਅਤੇ ਉੱਥੇ ਡੇਰੇ ਸਰਸੇ ਦੇ ਪੈਰੋਕਾਰ ਲੱਗੇ ਸੀ, ਫੌਜ ਕਾਹਦੇ ਲਈ ਹੈ, ਹੋਰ ਕਾਹਦੇ ਲਈ, ਸਭ ਨੂੰ ਪਿੱਛੇ ਹਟਾ ਕੇ ਉੱਥੇ ਫੌਜ ਦੇ ਕੋਲ ਉਹਨੂੰ ਜਲਦੀ ਬਚਾਇਆ ਜਾਂਦਾ, ਪਰ ਨਹੀਂ ਬਚਾਇਆ ਗਿਆ। ਡੀਸੀ ਸੰਗਰੂਰ ਨੇ ਪੂਰੀ ਤੂੜ ਦਿੱਤੀ ਡੇਰੇ ਸਰਸੇ ਦੇ ਪੈਰੋਕਾਰਾਂ ਨੂੰ ਹਾਈਲਾਈਟ ਕਰਨ ਲਈ, ਡੇਰੇ ਸਰਸੇ ਨੂੰ ਹਾਈਲਾਈਟ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਚੰਦ ਵੋਟਾਂ ਦੀ ਖਾਤਰ। ਅੱਜ ਫਿਰ ਹਾਈ ਅਲਰਟ ਕਰਕੇ ਕਿ ਡੇਰੇ ਸਰਸੇ ਵਾਲੇ ਪਤਾ ਨਹੀਂ ਪੰਜਾਬ 'ਚ ਕੀ ਕਰ ਦੇਣਗੇ, ਮਹਿੰਦਰਪਾਲ ਬਿੱਟੂ ਮਰ ਗਿਆ। ਉਹੀ ਡੇਰੇ ਸਰਸੇ ਵਾਲੇ ਆ ਜਿੱਦਣ ਸਰਸੇ ਵਾਲਾ ਫੜ ਕੇ CBI ਕੋਰਟ ਨੇ ਸਜ਼ਾ ਦਿੱਤੀ ਸੀ ਅਤੇ ਸੁਨਾਰੀਆ ਜੇਲ੍ਹ 'ਚ ਬੰਦ ਕੀਤਾ, 2.5 ਮਹੀਨੇ ਕੋਈ ਮੁਲਾਕਾਤ ਕਰਨ ਨਹੀਂ ਗਿਆ। ਸਰਸੇ ਵਾਲੇ ਦੀ ਧਰਮ ਪਤਰੀ, ਮਾਂ ਬਾਪ ਜਾਂ ਬੱਚੇ 1.5 ਮਹੀਨਾ ਤਾਂ ਉਹ ਵੀ ਨਹੀਂ ਸੀ ਬੜੇ, ਅਤੇ ਕੋਈ ਪੈਰੋਕਾਰ ਜਿਹੜਾ ਸੀ ਜੇਲ੍ਹ ਅੱਗੇ ਕੋਈ ਧਰਨਾ ਮੁਜ਼ਾਹਰਾ ਕਰਨ ਨਹੀਂ ਗਿਆ। ਉਹੀ ਸਰਸੇ ਵਾਲੇ ਆ ਜਿਹਨਾਂ ਨੂੰ ਪੰਜਾਬ ਸਰਕਾਰ ਬੜਾ ਤੂਲ ਦਿੰਦੀ, ਗਿੱਦੜਾਂ ਨੂੰ ਪਹਾੜੀ ਚੜ੍ਹਾ ਦਿੰਦੀ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦਾ ਕਿ ਐਡੀ ਜਲਦੀ ਬੜੀ ਕਾਰਵਾਈ ਕਰ ਦਿੱਤੀ, ਫਤਿਹਵੀਰ ਵਾਰੀ ਇੰਨੀ ਢਿੱਲ ਕਿਉਂ ਸੀ, ਦੋਸ਼ੀਆਂ ਦੇ ਨਾਲ ਤੁਹਾਡੀ ਐਡੀ ਸਹਿਮਤੀ ਕਿਉਂ ਹੁੰਦੀ ਹੈ। 4 ਪੁਲਿਸ ਮੁਲਾਜ਼ਮ, 1 ਪੰਜਾਬ ਦਾ ਅਤੇ 3 UP ਦੇ, ਜਿਨ੍ਹਾਂ ਨੇ ਇੱਕ ਨੌਜਵਾਨ ਦਾ ਝੂਠਾ ਮੁਕਾਬਲਾ ਬਣਾ ਕੇ ਮਾਂ ਬਾਪ ਦੀ ਅੱਖਾਂ ਦਾ ਤਾਰਾ ਸ਼ਹੀਦ ਕਰ ਦਿੱਤਾ ਸੀ, ਕੋਰਟ ਨੇ ਸਜ਼ਾ ਦਿੱਤੀ, CBI ਨੇ, ਤੁਸੀਂ ਉਹਨਾਂ ਨੂੰ ਬਰੀ ਕਰ ਰਹੇ ਹੋ। ਜਿਹੜੇ ਸਿੱਖਾਂ ਦਾ ਕਤਲੇਆਮ ਕਰਦੇ ਆ, ਬੇਕਸੂਰਾਂ ਦਾ ਕਤਲੇਆਮ ਕਰਦੇ, ਇਨਸਾਨੀਅਤ ਦਾ ਕਤਲੇਆਮ ਕਰਦੇ, ਉਹਨਾਂ ਦੀ 4.5 ਸਾਲਾਂ 'ਚ ਉਮਰ ਕੈਦ ਖਤਮ ਹੋ ਜਾਂਦੀ ਹੈ,
ਤੇ ਦੂਜੇ ਪਾਸੇ ਸਾਡੇ ਬੰਦੀ ਸਿੰਘ 25-25 30-30 ਸਾਲ ਤੋਂ ਜੇਲ੍ਹਾਂ 'ਚ ਨਜ਼ਰ ਬੰਦ ਨੇ, ਉਮਰ ਕੈਦਾਂ ਵੀ ਪੂਰੀਆਂ ਹੋ ਗਈਆਂ ਤਾਂ ਵੀ ਰਿਹਾਈਆਂ ਨਹੀਂ, ਪਰੋਲਾਂ ਨਹੀਂ। ਭਾਈ ਗੁਰਦੀਪ ਸਿੰਘ ਖਹਿੜਾ ਜੋ ਗੁਲਬਰਗਾ ਜੇਲ੍ਹ 'ਚ ਕਰਨਾਟਕ ਕੈਦ ਸੀ ਅਤੇ ਪੰਜਾਬ 'ਚ ਸ਼ਿਫਟ ਕੀਤਾ ਅੰਮ੍ਰਿਤਸਰ ਆ, ਪੈਰੋਲ 'ਤੇ ਘਰ ਜਾਂਦਾ, ਮਾਤਾ ਦੀ ਡੈਥ ਹੋ ਗਈ ਹੈ। ਕੱਲ੍ਹ ਦੀ ਘਟਨਾ ਅੱਜ, ਕੱਲ੍ਹ ਉਹਦੇ ਜਿਹੜੇ ਸਕੇ ਸੰਬੰਧੀ ਆ ਉਹਨਾਂ ਦੇ ਫੋਨ ਆ ਰਹੇ ਸੀ, ਮਾਂ ਦੀ ਡੈਥ ਹੋਈ ਆ, ਕੱਲ੍ਹ ਨੂੰ ਭੋਗ ਆ, ਕੱਲ੍ਹ ਨੂੰ ਪਾਠ ਪ੍ਰਕਾਸ਼ ਹੋਣਾ, 25 ਨੂੰ ਭੋਗ ਆ, ਛੁੱਟੀ ਨਹੀਂ। DC ਅੰਮ੍ਰਿਤਸਰ ਨਾਲ ਸੰਪਰਕ ਕੀਤਾ, ਦਿਹਾਤੀ SSP ਨਾਲ ਸੰਪਰਕ, ਉਹ ਜੀ DGP ਸਾਹਿਬ ਦੀ ਮੀਟਿੰਗ 'ਚ ਨੇ। ਜਿਹੜੇ ਸਿੱਖ ਨੇ ਸਾਡੇ ਬੰਦੀ, ਉਹਦਾ ਆਪਣੇ ਮਾਂ ਬਾਪ ਦੇ ਭੋਗ ਦੇ ਉੱਤੇ ਜਾਣ ਵਾਸਤੇ ਵੀ ਭਾਈ ਭਿਓੜਾ ਮਾਤਾ ਦੇ ਭੋਗ 'ਤੇ ਨਹੀਂ ਆਉਣ ਦਿੱਤਾ, ਉਸ ਵੇਲੇ ਕਾਨੂੰਨ ਕਿੱਧਰ ਜਾਂਦੇ ਆ? ਦੋਸ਼ੀਆਂ ਦੇ ਨਾਲ ਤੁਹਾਡੀ ਸਹਿਮਤੀ ਹੈ? ਪਹਿਲਾਂ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਨੇ ਰਿਕਮੈਂਡ ਕੀਤਾ ਉਹਨਾਂ ਚਾਰੇ ਦੋਸ਼ੀਆਂ ਨੂੰ ਬਰੀ ਕਰਨ ਵਾਸਤੇ, ਰਾਜਪਾਲ ਦੇ ਹੁਣ ਆਰਡਰ ਆਏ ਆ, ਕੈਪਟਨ ਅਮਰਿੰਦਰ ਸਿੰਘ ਹੁਣਾਂ ਸਹਿਮਤੀ ਦਿੱਤੀ, ਦੋਸ਼ੀਆਂ ਨਾਲ ਸਹਿਮਤੀ ਕਿਉਂ ਆ? ਦੂਸਰੇ ਪਾਸੇ ਇਹ ਸਿੱਖਾਂ ਨੂੰ ਸਖ਼ਤ ਸਜ਼ਾਵਾਂ ਦੇਵਾਂਗੇ, ਖਬਰਦਾਰ ਉਹਨਾਂ ਨੌਜਵਾਨਾਂ ਨੂੰ ਕੁਛ ਕਿਹਾ, ਉਹਨਾਂ ਨੌਜਵਾਨਾਂ ਦੀਆਂ ਭਾਵਨਾਵਾਂ ਪੁੱਛ ਕੇ ਦੇਖੋ ਕਿੰਨੀਆਂ ਬਲੂੰਦਰੀਆਂ ਪਈਆਂ ਸੀ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਕੋਈ ਉਹਨਾਂ ਚਾਅ ਨਾਲ ਖੁਸ਼ੀ ਦੇ ਨਾਲ ਇਹ ਕੰਮ ਨਹੀਂ ਕੀਤਾ, ਉਹਨਾਂ ਦੀਆਂ ਭਾਵਨਾਵਾਂ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਬਰਗਾੜੀ ਕਾਂਡ, ਬਹਿਬਲ ਕਾਂਡ, ਕੋਟਕਪੂਰਾ ਕਾਂਡ, ਕਿੰਨੇ ਅੱਗੇ ਭਗਤਾ ਮਾਲਕਾ, ਕਿੰਨੇ ਥਾਈਂ ਬੇਅਦਬੀ ਅੱਜ ਵੀ ਜਾਰੀ ਹੈ, ਬਾਦਲਾਂ ਦੇ ਰਾਜ 'ਚ ਵੀ ਹੋਈ, ਅੱਜ ਕੈਪਟਨ ਦੇ ਰਾਜ 'ਚ ਵੀ ਥਾਂ ਥਾਂ ਬੇਅਦਬੀ ਹੋ ਰਹੀ ਹੈ। ਦੋਸ਼ੀਆਂ ਨੂੰ ਕਿਉਂ ਬਚਾਇਆ ਜਾਂਦਾ? ਦੋਸ਼ੀਆਂ ਨਾਲ ਇੰਨੀ ਸਹਿਮਤੀ ਕਿਉਂ ਹੈ? ਉਹਨਾਂ ਸਿੰਘਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਉਹਨਾਂ ਨੇ ਆਪਣੀ ਜੋ ਉਹਨਾਂ ਦੀ ਭਾਵਨਾ ਸੀ ਉਹ ਪ੍ਰਗਟ ਕੀਤੀ, ਉਹਨਾਂ ਨੇ ਇੱਕ ਪਾਪੀ ਨੂੰ ਸਬਕ ਸਿਖਾਇਆ, ਉਹਦੇ ਕੀਤੇ ਕੁਕਰਮਾਂ ਦੀ ਸਜ਼ਾ ਦਿੱਤੀ। ਜੈਸਾ ਬੀਜਾ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਜਿਹੜੀ ਕਾਨੂੰਨੀ ਕਾਰਵਾਈ ਬਣਦੀ ਕਰ ਦਿਓ, ਪਰ ਉਹਨਾਂ ਦੇ ਤਸ਼ੱਦਦ ਨਹੀਂ ਕਰਨਾ ਉਹਨਾਂ ਸਿੱਖਾਂ ਦੇ, ਭਾਵੇਂ ਉਹ ਕਲੀਨ ਸੇਵ ਆ, ਭਾਵੇਂ ਅੰਮ੍ਰਿਤਧਾਰੀ ਆ, ਭਾਵੇਂ ਸਾਬਤ ਸੂਰਤ ਆ, ਕੋਈ ਉਹਨਾਂ ਦੀ ਭਾਵਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੂੰ ਸਜ਼ਾ ਦਿੱਤੀ ਉਹਨਾਂ ਨੇ। ਮੈਂ ਸਮਝਦਾ ਮਹਿੰਦਰਪਾਲ ਬਿੱਟੂ ਦਾ ਪਾਪ ਹੀ ਜਿਹੜਾ ਉਹ ਸਾਹਮਣੇ ਆਇਆ, ਉਹਦੇ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਇਹਨਾਂ ਸਰਕਾਰਾਂ ਨੂੰ ਸਮਝਣਾ ਚਾਹੀਦਾ, ਦੋਸ਼ੀਆਂ ਨੂੰ ਬਚਾਉਣ 'ਤੇ ਲੱਗੇ ਹੋਏ ਆ, ਜਿਹੜੇ ਕੋ ਕੁਰਬਾਨੀ ਵਾਲੇ ਆ, ਜਿਹੜੇ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਆ, ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ, ਸਾਰਾ ਭਾਈਚਾਰਾ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦਾ, ਉਹਨਾਂ 'ਤੇ ਤੁਹਾਡੀਆਂ ਲਾਠੀਆਂ ਚੱਲਦੀਆਂ ਨੇ, ਗੋਲੀਆਂ ਚੱਲਦੀਆਂ ਨੇ, ਉਹਨਾਂ 'ਤੇ ਝੂਠੇ ਮੁਕੱਦਮੇ ਪਾਪਾ ਅੰਦਰ ਡੱਕਦੇ ਹੋ। ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਉਹ ਬੜੇ ਸੰਜਮ ਤੋਂ ਕੰਮ ਲਏ, ਅੱਗ ਨਾਲ ਨਾ ਖੇਡੋ। ਅੱਜ ਜਿੱਦਾਂ ਦੇ ਹਾਲਾਤ ਬਣੇ ਆ, ਤੁਹਾਡੀਆਂ ਨਾਕਾਮੀਆਂ, ਤੁਹਾਡੀਆਂ ਗਲਤੀਆਂ ਕਰਕੇ ਬਣੇ ਆ, ਕਿ ਪਾਪੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਤਾਂ ਖਾਲਸੇ ਨੂੰ ਆਪ ਖਾਲਸਾ ਹੀ ਸੋਧਾ ਲਾਉਣਾ ਪੈਂਦਾ। ਦੂਜੇ ਪਾਸੇ ਮੈਂ ਜਿਵੇਂ ਪਹਿਲਾਂ ਕਹਿ ਚੁੱਕਿਆ, ਮੈਨੂੰ ਅਫਸੋਸ ਆ ਕਿ ਮਹਿੰਦਰਪਾਲ ਬਿੱਟੂ ਵਰਗੇ ਪਖੰਡ ਦੇ ਡੇਰਿਆਂ ਪਿੱਛਾ ਲੱਗ ਕੇ ਆਪਦਾ ਮਨੁੱਖਾ ਜੀਵਨ ਬਰਬਾਦ ਕਰਦੇ ਆ, ਇਨਸਾਨ ਤੋਂ ਸ਼ੈਤਾਨ ਬਣਦੇ ਹਵਾਨ। ਝੂਠੇ ਸੌਦੇ ਵਾਲਾ ਤਾਂ ਕਹਿੰਦਾ ਮੈਂ ਰੂਹਾਨੀ ਜਾਮ ਪਿਆ ਕੇ ਇਨਸਾਨ ਬਣਾਉਣਾ, ਇਨਸਾਨ ਬਣਾਉਣਾ, ਪਰ ਇਨਸਾਨ ਨਹੀਂ ਸ਼ੈਤਾਨ ਬਣਾਉਂਦਾ, ਸ਼ੈਤਾਨ ਬਣਾਇਆ ਸੀ ਉਹਨੇ ਮਹਿੰਦਰਪਾਲ ਬਿੱਟੂ ਨੂੰ, ਜਿਹਨੂੰ ਸਿੱਟ ਨੇ ਵੀ ਕਹਿ ਦਿੱਤਾ, ਕਾਨੂੰਨ ਅਨੁਸਾਰ ਕਾਰਵਾਈ ਚੱਲ ਰਹੀ ਸੀ, ਰਿਜ਼ਲਟ ਭਾਵੇਂ ਬਾਅਦ ਵਿੱਚ ਆਉਣਾ ਸੀ, ਪਰ ਖਾਲਸੇ ਨੇ ਖਾਲਸਾ ਹੀ ਸੋਧਾ ਲਾ ਦਿੱਤਾ। ਸੋ ਇਸ ਕਰਕੇ ਮੈਂ ਉਹਨਾਂ ਵੀਰਾਂ ਭੈਣਾਂ ਨੂੰ ਮੈਂ ਬੇਨਤੀ ਕਰੂੰਗਾ ਜਿਹੜੇ ਗੁੰਮਰਾਹ ਹੋਏ ਅਜੇ ਵੀ, ਪਖੰਡ ਵਾਪਸੀ ਕਰੋ,
ਉਸ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਕਰੋ, ਆਪੋ ਆਪਣੇ ਘਰ ਪਰਿਵਾਰ ਨੂੰ, ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ, ਆਪਣੇ ਧਾਰਮਿਕ ਜ਼ਿੰਮੇਵਾਰੀਆਂ ਨੂੰ ਨਿਭਾਓ ਅਤੇ ਪਖੰਡ ਦੇ ਡੇਰਿਆਂ ਤੋਂ ਖਹਿੜਾ ਛਡਾਓ। ਅੱਜ ਉਹ ਪਖੰਡੀ ਖੁਦ ਸੁਨਾਰੀ ਆ, ਜੇਲ੍ਹ ਵਿੱਚ ਬੈਠਾ 10-10 ਸਾਲ 20 ਸਾਲ ਪਹਿਲਾਂ, ਅਤੇ ਉਮਰ ਕੈਦ ਟੈਲ ਡੈਥ, ਅਤੇ ਅਜੇ 2 ਕੇਸ ਬਾਕੀ ਹੈ। ਉਹਦਾ ਕੀ ਹਸ਼ਰ ਹੋਇਆ ਜਿਹਨੇ ਗੁਰੂ ਗ੍ਰੰਥ ਪੰਥ ਨਾਲ ਮੱਥਾ ਲਾਇਆ? ਜਿਹਨੇ ਵੀ ਮੱਥਾ ਲਾਇਆ ਉਹਨਾਂ ਦਾ ਹਸ਼ਰ ਬਹੁਤ ਬੁਰਾ ਹੋਇਆ, ਅਤੇ ਦੂਜੇ ਦੋਸ਼ੀਆਂ ਨੂੰ ਵੀ ਕੰਨ ਕਰ ਲੈਣੇ ਚਾਹੀਦੇ ਆ ਜਿਹੜੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ। ਵੀ ਕੰਨਾਂ ਨੂੰ ਹੱਥ ਲਾ ਕੇ ਤੌਬਾ ਕਰੋ। ਕਿਸੇ ਵੀ ਧਰਮ ਗ੍ਰੰਥ, ਚਾਹੇ ਉਹ ਬਾਈਬਲ ਆ, ਕੁਰਾਨ ਆ, ਗੀਤਾ ਵਾ, ਕੋਈ ਵੀ ਧਰਮ ਗ੍ਰੰਥ ਆ, ਅਤੇ ਚਾਹੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਕਿਸੇ ਵੀ ਧਰਮ ਗ੍ਰੰਥ ਦੀ ਨਿਰਾਦਰ ਨਾ ਕਰੋ। ਸਾਰੇ ਧਰਮ ਗ੍ਰੰਥ ਸਤਿਕਾਰਯੋਗ ਆ, ਧਰਮ ਵੀ ਸਤਿਕਾਰਯੋਗ ਆ। ਧਰਮਾਂ ਨਾਲ, ਮਨੁੱਖਤਾ ਨਾਲ, ਇਨਸਾਨੀਅਤ ਨਾਲ ਪਿਆਰ ਕਰੋ। ਇਨਸਾਨ ਬਣੋ, ਸ਼ੈਤਾਨ ਨਾ ਬਣੋ, ਧਰਮੀ ਬਣੋ, ਪਖੰਡੀ ਨਾ ਬਣੋ। ਸੋ ਇਸ ਕਰਕੇ ਮੇਰੀ ਬੇਨਤੀ ਆ, ਮਹਿੰਦਰਪਾਲ ਬਿੱਟੂ ਦਾ ਜੋ ਹੋਇਆ ਉਹ ਮੈਂ ਸਮਝਦਾ ਵੀ ਖਾਲਸਾਈ ਸਿੰਘਾਂ, ਖਾਲਸਾਈ ਸਿਧਾਂਤ ਅਨੁਸਾਰ ਸੋਧਾ ਲਾਇਆ, ਅਤੇ ਸਰਕਾਰਾਂ ਨੂੰ ਇਸ ਗੱਲ ਤੋਂ ਕੰਨ ਕਰਨੇ ਚਾਹੀਦੇ ਆ ਕਿ ਦੋਸ਼ੀਆਂ ਨੂੰ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੋਵੇ, ਸੁਖਬੀਰ ਸਿੰਘ ਬਾਦਲ ਹੋਵੇ, ਅਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਦੋਸ਼ੀਆਂ ਨੂੰ ਤੁਸੀਂ ਬਚਾ ਨਹੀਂ ਸਕਦੇ। ਦੋਸ਼ੀਆਂ ਦੇ ਕੀਤੇ ਦਾ ਅੰਜਾਮ ਇਹੀ ਕੁਝ ਹੁੰਦਾ। ਸਿੱਖ ਲਈ ਜਿਵੇਂ ਮੁਸਲਮਾਨ ਲਈ ਮੱਕੇ ਤੋਂ ਪਰੇ ਉਜਾੜ ਆ, ਸਿੱਖ ਲਈ ਗੁਰੂ ਘਰ, ਗੁਰੂ ਗ੍ਰੰਥ ਸਾਹਿਬ ਤੋਂ ਪਰੇ ਉਜਾੜ ਆ, ਤਾਂ ਫਿਰ ਸਿੱਖ ਜਿਹਨਾਂ ਦੀਆਂ ਭਾਵਨਾਵਾਂ ਬਲੂੰਦਰੀਆਂ, ਫਿਰ ਇੱਦਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ। ਸੋ ਮੈਂ ਸਮਝਦਾ ਇਹਨਾਂ ਸਿੰਘਾਂ ਨੇ ਇਤਿਹਾਸ ਨੂੰ ਦੁਹਰਾਇਆ ਔਰ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਆ। ਇਹਨਾਂ ਵਿਚਾਰਾਂ ਦੇ ਨਾਲ ਹੀ ਮੈਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਅਤੇ ਸਰਕਾਰਾਂ ਨੂੰ ਸੁਚੇਤ ਕਰਦਾ ਕਿ ਉਹ ਦੋਸ਼ੀਆਂ ਨੂੰ ਸਜ਼ਾਵਾਂ ਦੇਣ। ਜੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਹੋਣ ਤਾਂ ਫਿਰ ਖਾਲਸੇ ਨੂੰ ਇਸ ਤਰ੍ਹਾਂ ਜਿਹੜਾ ਖਾਲਸਾਈ ਸਿਧਾਂਤਾਂ ਅਨੁਸਾਰ ਸਜ਼ਾ ਦੇਣ ਦੀ ਲੋੜ ਨਾ ਪਵੇ। ਜੇ ਕਾਨੂੰਨ ਹੀ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦੇਵੇ, ਸਿਆਸੀ ਲੋਕ ਉਹਨਾਂ ਨੂੰ ਬਚਾਉਣ ਨਾ, ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਸਕਾਊਟਾਂ ਦਿੱਤੀਆਂ, ਸੁਰੱਖਿਆ ਦਿੱਤੀ, ਅਸਲੇ ਦੇ ਲਾਇਸੈਂਸ ਉਹਨਾਂ ਨੂੰ ਦਿੱਤੇ, ਅਤੇ ਜਿਹੜੇ ਸਿੱਖ ਧਰਮ ਦੀ ਆਵਾਜ਼ ਬੁਲੰਦ ਕਰਦੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ, ਝੂਠੇ ਮੁਕੱਦਮੇ ਪਾਏ ਉਹਨਾਂ ਦੇ। ਪਰ ਸੱਚ ਸਾਚੀ ਕੂੜਨ ਖੁੱਟੇ ਨਾਨਕਾ, ਓੜਕ ਸੱਚ ਰਹੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।